ਖਬਰ ਨੂੰ ਪਹਿਲਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਬੂਥਗੜ ਤੋਗਾ ਰੋਡ ਬੰਦ ਹੋਣ ਕਾਰਨ ਰੋਜ਼ਾਨਾ ਲੋਕ ਪਰੇਸ਼ਾਨ ਹੋ ਰਹੇ ਨੇ ਇਸ ਨੂੰ ਲੈ ਕੇ। ਅੱਜ ਤਾਂ ਹੱਦ ਹੋ ਗਈ ਜਦੋਂ ਦੱਸਿਆ ਜਾ ਰਿਹਾ ਕਿ ਇਹਨਾਂ ਰੋਡ ਵਾਲਿਆਂ ਨੇ ਵਿਚਕਾਰੋਂ ਰੋਡ ਪੁੱਟਿਆ ਹੋਇਆ ਸੀ ਤਾਂ ਕਾਫੀ ਵੱਡਾ ਹਾਦਸਾ ਹੋਇਆ, ਜਿਸ ਤੋਂ ਬਾਅਦ ਨਜ਼ਦੀਕ ਪਿੰਡਾਂ ਦੇ ਲੋਕ ਤੇ ਰਾਹਗੀਰ ਭੜਕੇ ਨੇ। ਤਸਵੀਰਾਂ ਦਿਖਾ ਦਿੰਦੇ ਹਾਂ, ਬੂਥਗੜ ਤੋਗਾ ਰੋਡ ਦੀ ਹੈ ਜਿੱਥੇ ਕਿ ਤੁਸੀਂ ਦੇਖੋ ਕਿ ਇੱਕ ਪੁਲ ਕਾਫੀ ਦੇਰ ਤੋਂ ਬਣ ਰਿਹਾ ਹੈ ਪਰ ਇੱਥੇ ਨਾ ਕੋਈ ਲੇਬਰ ਕੰਮ ਕਰ ਰਹੀ ਹੈ ਨਾ ਕੋਈ ਮਸ਼ੀਨ ਕੰਮ ਕਰਦੀ ਹੈ, ਤਾਂ ਇਸ ਜਗ੍ਹਾ ਉੱਤੇ ਤੁਸੀਂ ਕੰਮ ਬੰਦ ਹੋਣ ਕਾਰਨ ਤੁਸੀਂ ਦੇਖ ਸਕਦੇ ਹੋ ਕਿ ਹੁਣ ਤਸਵੀਰਾਂ ਦੇ ਵਿੱਚ ਜਿਹੜੇ ਲੋਕ ਰੁਕੇ ਨੇ ਰਾਹਗੀਰ ਨੇ ਇੱਥੇ ਬੜੇ ਪਰੇਸ਼ਾਨ ਹੋ ਰਹੇ ਸੀ ਤਾਂ ਕਰਕੇ ਇਹਨਾਂ ਨੇ ਅੱਜ ਸਾਨੂੰ ਸੱਦਿਆ, ਤਾਂ ਇੱਥੇ ਬੜੀ ਮੁਸ਼ਕਲ ਦੇ ਨਾਲ ਲੋਕ ਨਿਕਲ ਰਹੇ ਨੇ। ਇੱਕ ਦੱਸਿਆ ਜਾਂਦਾ ਕਿ ਜਦੋਂ ਵੀ ਕਿਤੇ ਰੋਡ ਬਣਦਾ ਤਾਂ ਇੱਕ ਜ਼ਿੰਮੇਵਾਰੀ ਹੁੰਦੀ ਹੈ ਰੋਡ ਵਾਲਿਆਂ ਦੀ ਕਿ ਆਰਜ਼ੀ ਤੌਰ ਤੇ ਜਿਹੜਾ ਰੋਡ ਬਣਾਇਆ ਜਾਵੇ, ਪਰ ਤੁਸੀਂ ਦੇਖੋ ਕਿ ਦੂਜੇ ਪਾਸੇ ਜਿਹੜਾ ਰੋਡ ਇਹਨਾਂ ਨੇ ਇੱਕ ਪਾਸੇ ਨੂੰ ਕੱਚਾ ਜਿਹਾ ਕੱਢਤਾ ਸੀ ਉੱਥੇ ਉਹ ਟਰੱਕ ਸਾਹਮਣੇ ਫਸ ਗਿਆ, ਤੁਸੀਂ ਦੇਖੋਗੇ ਇਹ ਤਸਵੀਰਾਂ ਦੇਖ ਰਹੇ ਹੋ। ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਕਿਉਂਕਿ SDM ਸਾਹਿਬ ਤੇ ਹੋਰ DC ਸਾਹਿਬ ਕੋਲ ਵੀਡੀਓ ਪਹੁੰਚ ਸਕੇ, ਮੰਤਰੀ ਸਾਹਿਬ ਕੋਲ ਪਹੁੰਚ ਸਕੇ, ਕਿਉਂਕਿ ਜਿਸ ਤਰੀਕੇ ਨਾਲ ਇਹ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਕਿ ਗੱਡੀ ਤੁਸੀਂ ਦੇਖੋ ਕਿਵੇਂ ਜਿਹੜੀ ਇਸ ਰਾਸਤੇ ਦੇ ਵਿੱਚ ਫਸ ਚੁੱਕੀ ਹੈ, ਦੂਜੇ ਪਾਸੇ ਜਿਹੜੇ ਲੋਕ ਰਾਹਗੀਰ ਰੁਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨੀ ਕੁ ਮੁਸ਼ਕਲ ਦੇ ਨਾਲ ਇਹ ਜਿਹੜੇ ਇਸ ਜਗ੍ਹਾ ਉੱਤੇ ਰੋਜ਼ਾਨਾ ਰਹਿੰਦੇ ਨੇ। ਤਾਂ ਤੁਸੀਂ ਦੇਖੋ ਕਿ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀ ਕੁ ਮੁਸ਼ਕਲ ਜਿਹੜੀ ਲੋਕਾਂ ਨੂੰ ਆ ਰਹੀ ਹੈ, ਕਿੰਨੀ ਕੁ ਮੁਸ਼ਕਲ ਹੈ ਜੀ। ਦੱਸਿਆ ਜਾ ਰਿਹਾ ਕਿ ਰੋਜ਼ਾਨਾ ਇਹਨਾਂ ਦਾ ਡਰਾਮਾ ਹੀ ਹੁੰਦਾ ਹੈ ਰੋਡ ਬੰਦ ਕਰਨ ਦਾ, ਤਾਂ ਕੀ ਅੱਜ ਮੁਸ਼ਕਲ ਕੀ ਆਈ? ਅੱਜ ਮੁਸ਼ਕਲ ਇਹ ਹੈ ਵੀ ਇਹ ਜਿਹੜਾ ਰੋਡ ਹੈ ਆਮ ਪਬਲਿਕ ਵਾਸਤੇ ਬਹੁਤ ਜ਼ਰੂਰੀ ਹੈ, ਇੱਥੋਂ ਬਹੁਤ ਆਵਾਜਾਈ ਚੱਲਦੀ ਸੀ ਡੇਲੀ, ਪਰ ਇਹਨਾਂ ਨੇ ਹੁਣ ਕਿਆ ਕਰਿਆ ਟੋਲ ਇਹਨਾਂ ਨੇ ਪੁਲ ਵਾਲਿਆਂ ਨੇ ਤਕਰੀਬਨ 10-15 ਦਿਨ ਤੋਂ ਇਹ ਰਸਤਾ ਜਿਹੜਾ ਮਹੀਨਾ ਹੀ ਹੋ ਚੱਲਿਆ ਬੰਦ ਕਰਤਾ ਬਿਲਕੁਲ, ਉੱਤੋਂ ਬਾਰਿਸ਼ ਹੋ ਗਈ, ਪਬਲਿਕ ਇੰਨੀ ਪਰੇਸ਼ਾਨ ਹੋ ਰਹੀ ਹੈ, ਕੋਈ ਢਗੋਰਾ ਨੂੰ ਮੁੜ ਕੇ ਜਾ ਰਿਹਾ, ਕੋਈ ਉੱਪ ਨੂੰ ਮੁੜ ਕੇ ਜਾ ਰਿਹਾ, ਮਤਲਬ ਟਾਈਮ ਦੀ ਬਰਬਾਦੀ ਹੈ ਤੇ ਗੱਡੀਆਂ ਦਾ ਨੁਕਸਾਨ ਹੋ ਰਿਹਾ। ਜਦਕਿ ਗੱਲ ਇਹ ਹੈ ਵੀ ਕੋਈ ਨਾ ਕੋਈ ਦਾ ਅਲਟਰਨੇਟਿਵ ਕੱਢਣਾ ਚਾਹੀਦਾ, ਜਦੋਂ ਕਿਤੇ ਵੀ ਪੁਲਾਂ ਦਾ ਕੰਮ ਚੱਲਦਾ ਤਾਂ ਉਹਦਾ ਬਦਲਵਾਂ ਰਸਤੇ ਦਾ ਪ੍ਰਬੰਧ ਕਰਕੇ ਦੇਣਾ ਹੁੰਦਾ, ਇਹਨਾਂ ਨੇ ਕੋਈ ਵੀ ਅੱਜ ਤੱਕ ਪ੍ਰਬੰਧ ਨਹੀਂ ਕਰਿਆ। ਇਹ ਪਤਾ ਨਹੀਂ ਮਹਿਕਮੇ ਮਿਲੀ ਭੁਗਤਾ ਗਮਾਡਾ ਵਾਲਿਆਂ ਦੀ, ਕੋਈ ਉਰੇ ਗਮਾਡਾ ਵਾਲਾ ਨਹੀਂ ਆ ਰਿਹਾ, ਕੋਈ ਸਿਆਸੀ ਬੰਦੇ ਨਹੀਂ ਆ ਰਹੇ, ਕੋਈ ਵੀ ਇਸ ਦੇ ਵਿਰੁੱਧ ਆਵਾਜ਼ ਨਹੀਂ ਉਠਾ ਰਹੇ। ਇੱਥੇ ਕਈ ਲੋਕਾਂ ਦੇ ਕਈ ਲੇਡੀਜ਼ ਵੀ ਜਾਂਦੇ ਆ, ਉਹਨਾਂ ਦੇ ਸੱਟਾਂ ਵੱਜੀਆਂ ਗਿਰ ਕੇ। ਅੱਛਾ ਗੱਡੀਆਂ ਫਸ ਜਾਂਦੀਆਂ, ਹੁਣ ਸਾਹਮਣੇ ਦੇਖੋ ਟਰੱਕ ਫਸਿਆ, ਆ ਵੀ ਇਹਨੇ ਹੁਣ 10 ਮਿੰਟ ਪਹਿਲਾਂ ਥੋੜੀ ਜਿਹੀ ਮਿੱਟੀ ਪਾ ਕੇ ਰਸਤਾ ਬਣਾਇਆ, ਤੁਸੀਂ ਉੱਪਰ ਨਿਗਾਹ ਮਾਰੀ, ਤੁਸੀਂ ਦਿਖਾਇਆ ਸਾਰਾ, ਕੋਈ ਬੰਦਾ ਉਰੇ ਕੰਮ ਨਹੀਂ ਕਰਦਾ ਹੈਗਾ। ਅਗਰ ਇੰਨੀ ਹੈ ਤਾਂ ਇੱਥੇ ਤਾਂ 20-50 ਬੰਦੇ ਕੰਮ ਕਰਨੇ ਚਾਹੀਦੇ, ਦਿਨ ਰਾਤ ਇਹ ਕੰਮ ਚੱਲਣਾ ਚਾਹੀਦਾ, ਪਬਲਿਕ ਦਾ ਕੋਈ ਖਿਆਲ ਨਹੀਂ ਕਿਸੇ ਨੂੰ, ਜਿੱਥੇ ਮਰਜ਼ੀ ਜਾਵੇ ਪਰੇਸ਼ਾਨ ਹੋਵੇ, ਇਹ ਨਾ ਤਾਂ ਕੰਮ ਤਰੀਕੇ ਨਾਲ ਕਰ ਰਹੇ ਹੈ, ਪਬਲਿਕ ਹੈਰਾਨ ਹੋ ਰਹੀ ਹੈ ਬਹੁਤ, ਸਾਰੇ ਲੋਕਾਂ ਦੇ ਕੰਮ ਠੱਪ ਹੋ ਕੇ ਰਹਿ ਗਏ ਆ, ਜਿਹਨੇ 1 ਕਿਲੋਮੀਟਰ ਜਾਣਾ ਉਹਨੂੰ 10 ਕਿਲੋਮੀਟਰ ਘੁੰਮਣਾ ਪੈਂਦਾ। ਸੋ ਇਹ ਸਾਡਾ ਲੋਕਾਂ ਦੀ ਡਿਮਾਂਡ ਆ ਸਾਰਿਆਂ ਦੀ ਵੀ ਇਹਨਾਂ ਕੋਈ ਨਾ ਕੋਈ ਹੱਲ ਕਰਕੇ ਇਹਨੂੰ ਪੁਲ ਨੂੰ ਤਾਂ ਬਣਾਵੇ, ਪਹਿਲਾਂ ਤਾਂ ਕੋਈ ਰਸਤਾ ਬਣਾ ਕੇ ਆਰਜ਼ੀ ਤੌਰ ਤੇ ਤਾਂ ਕਿ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ, ਇਹ ਸਾਡੀ ਸਾਰਿਆਂ ਦੀ ਡਿਮਾਂਡ ਹੈ। ਦੇਖੋ ਕਿਸੇ ਨੇ ਹਸਪਤਾਲ ਜਾਣਾ ਹੁੰਦਾ, ਕਿਸੇ ਨੇ ਕੋਈ ਹੋਰ ਜ਼ਰੂਰੀ ਕੰਮ ਹੈ, ਮੰਨ ਲਓ ਕੋਈ ਪ੍ਰੈਗਨੈਂਟ ਲੇਡੀ ਹੈ, ਤਾਂ ਉਸ ਵਾਸਤੇ ਵੀ ਬੜਾ ਮੁਸ਼ਕਲ ਹੁੰਦਾ, ਘੁੰਮ ਕੇ ਜਾਣਾ ਪੈਂਦਾ। ਮੈਂ ਕਹਿੰਦਾ ਜੀ ਸਾਰੇ ਪਾਸੇ ਨੂੰ ਮੁਸ਼ਕਲ ਹੈ ਕਿਉਂਕਿ ਜਦ ਰਸਤਾ ਨਹੀਂ ਚੱਲਦਾ, ਇਹਨਾਂ ਨੇ ਇੱਕ ਦਿਨ ਬਣਾਇਆ ਤਾਂ ਮੀਂਹ ਨੇ ਦੂਜੇ ਦਿਨ ਉਹ ਤੋੜਤਾ, ਮੁੜ ਕੇ ਇਹਨਾਂ ਨੇ ਮਿੱਟੀ ਨਹੀਂ ਪਾਈ, ਕੋਈ ਕੰਮ ਨਹੀਂ ਕਰੇ, ਇਹਨੂੰ ਬਹਾਨਾ ਮਿਲ ਗਿਆ। ਅੱਜ ਥੋੜਾ ਜਿਹਾ ਚਲੋ ਲੋਕ ਇਕੱਠੇ ਹੋਏ ਆ, ਆ ਇਹਨਾਂ ਨੇ ਮਿੱਟੀ ਪਾ ਤੀ, ਉਹ ਗੱਡੀ ਫਸ ਗਈ, ਹੁਣ ਉੱਥੇ ਆ ਪਹਿਲਾਂ ਉੱਥੇ ਮਿੱਟੀ ਪਾਈ ਆ, ਉਹ ਵੀ ਥੋੜੀ ਮਿੱਟੀ ਦਬ ਗਈ ਹੈ, ਲੇਕਿਨ ਕੋਈ ਪੱਕਾ ਪ੍ਰਬੰਧ ਨਹੀਂ ਹੈ। ਅਗਰ ਹੁਣ 4 ਕਿਣੀਆਂ ਪੈ ਗਈਆਂ ਇਹ ਰਸਤਾ ਫੇਰ ਬੰਦ ਹੋ ਜਾਣਾ, ਇਹਨਾਂ ਨੇ ਹਫ਼ਤਾ ਫੇਰ ਨਹੀਂ ਪੁੱਛਣਾ ਵੀ ਮੀਂਹ ਪੈ ਗਿਆ ਜੀ, ਇਹਦਾ ਕੋਈ ਪੱਕਾ ਪ੍ਰਬੰਧ ਕਰਿਆ ਜਾਵੇ, ਭਾਵੇਂ ਬਾਰਿਸ਼ ਹੋਵੇ ਨਾ ਹੋਵੇ, ਜਦ ਤੱਕ ਇਹ ਪੁਲ ਨਹੀਂ ਬਣਦਾ ਵੀ ਇਹਦਾ ਕੰਮ ਜਿਹੜਾ ਚੱਲਦਾ ਰਹੇ,
ਪਬਲਿਕ ਨੂੰ ਪਰੇਸ਼ਾਨੀ ਨਾ ਆਵੇ। ਤੁਹਾਡੇ ਵੱਲੋਂ ਕੀ ਕੋਈ ਹੁਣ ਇੱਥੇ ਰੋਕਿਆ ਜਾਣਾ ਫਿਰ ਇੱਥੇ ਕੀ, ਅਗਰ ਕੰਮ ਨਹੀਂ ਚੱਲਦਾ ਉਦੋਂ ਤੱਕ ਅਸੀਂ ਨਹੀਂ ਜਾਵਾਂਗੇ ਗੁਰਦੁਆਰੇ? ਹਾਂ ਹਾਂ ਨਹੀਂ, ਫਿਰ ਤਾਂ ਦੇਖੋ ਇਹੀ ਆ, ਸੰਗਤ ਵਿੱਚ ਰੋਸ ਬਹੁਤ ਆ ਲੋਕਾਂ ਵਿੱਚ, ਜਾਂ ਤਾਂ ਫਿਰ ਕੋਈ ਧਰਨਾ ਲਾਉਂਗੇ ਜਾਂ ਇਹਨਾਂ ਦਾ ਕੰਮ ਬੰਦ ਕਰਾਉਂਗੇ ਕਿਸੇ ਤਰੀਕੇ ਨਾਲ ਵੀ, ਪਹਿਲਾਂ ਇਹਨੂੰ ਤਿਆਰ ਕਰੋ। ਦੇਖੋ ਜਿਹੜਾ ਰੋਹ ਹੈ ਤਾਂ ਦਿਨ ਪਰ ਦਿਨ ਵੱਧਦਾ ਜਾ ਰਿਹਾ, ਜਦੋਂ ਸੁਣਾਈਓ ਨਹੀਂ ਕਰ ਰਹੇ ਕਿਸੇ ਦੀ। ਪਹਿਲਾਂ ਵੀ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਪੱਤਰਕਾਰਾਂ ਦੀ ਟੀਮ ਆਈ ਸੀ, ਉਹਨਾਂ ਨੇ ਚਲੋ ਕਵਰ ਕਰਿਆ ਖਬਰ ਨੂੰ, ਉਹਨਾਂ ਨੇ ਫਿਰ ਉਹਦੇ ਕਰਕੇ ਥੋੜਾ ਚਲਾਤਾ, ਲੇਕਿਨ ਦੂਜੇ ਤੀਜੇ ਦਿਨ ਫੇਰ ਬੰਦ ਹੋ ਗਿਆ। ਸੋ ਇਸ ਕਰਕੇ ਇਹਨਾਂ ਦਾ ਪਲਾਂਟ ਚੱਲਦਾ, ਭਾਵੇਂ ਪਲਾਂਟ ਨੂੰ ਬੰਦ ਕਰਾਇਆ ਜਾਵੇ ਕਿਸੇ ਵੀ ਤਰ੍ਹਾਂ, ਲੋਕਾਂ ਵੀ ਜਿਹੜਾ ਰੋਹ ਵੱਧਦਾ ਜਾ ਰਿਹਾ, ਕੰਮ ਬੰਦ ਹੋਏਗਾ ਤਾਂ ਇਹਨਾਂ ਨੇ ਕੰਮ ਕਰਨਾ, ਅਦਰਵਾਈਜ਼ ਏਦਾਂ ਹੀ ਕਹਿ ਸੁਣ ਕੇ ਸਾਰ ਦਿੰਦੇ। ਕਿੰਨਾ ਕੁ ਮੁਸ਼ਕਲ ਹੈ ਬਾਈ ਜੀ, ਰੋਜ਼ਾਨਾ ਨਿਕਲਦੇ ਨੇ ਲੋਕ ਕਾਫੀ, ਆਟੋ ਵਾਲੇ ਦੇ ਸਵਾਰੀਆਂ ਵੀ, ਅਸੀਂ ਕਾਫੀ ਪਰੇਸ਼ਾਨ ਹੋ ਗਏ। ਹੁਣ ਏਦਾਂ ਹੀ ਵੀਰ ਜੀ, ਤੁਸੀਂ ਮੁਸ਼ਕਲ ਤਾਂ ਆਪ ਦੇਖ ਸਕਦੇ ਹੋ, ਇਸਦੇ ਸੰਬੰਧੀ ਤਾਂ PW ਮਿਨਿਸਟਰ ਨੂੰ ਹੈ, ਨਹੀਂ ਤਾਂ ਅਸੀਂ ਧਰਨਾ ਲਾਵਾਂਗੇ। ਨਹੀਂ ਇਹੀ ਹਾਲ ਹੋਇਆ ਸਾਡੇ, ਹੁਣ ਜਿਵੇਂ ਤੁਸੀਂ ਦੱਸਿਆ ਪ੍ਰੈਗਨੈਂਟ ਲੇਡੀਆਂ ਹੈ, ਉਹ ਪ੍ਰੈਗਨੈਂਟ ਲੇਡੀ ਜਿਵੇਂ ਰੋਪੜ ਤੋਂ ਆ ਰਹੇ, ਕੋਈ ਹੁਸ਼ਿਆਰਪੁਰ ਨਵਾਂ ਸ਼ਹਿਰ ਤੋਂ ਆ ਰਹੇ, ਉਹਨਾਂ ਨੂੰ ਤਾਂ ਇਹੀ ਅਲਟਰਨੇਟਿਵ ਪਤਾ ਵੀ ਆ ਰਹਾ ਹੈ। ਹੁਣ ਕੁਦਰਤੀ ਜੇ ਨਾ ਕੋਈ ਹਾਦਸਾ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੈ, ਉਹਨਾਂ ਨੂੰ ਤਾਂ ਪਤਾ ਹੀ। ਰਵਿੰਦਰ ਜੀ, ਜਦੋਂ ਇੱਥੇ ਮੈਚ ਹੋਣਾ ਸੀ ਤਾਂ ਸਟੇਡੀਅਮ ਬਣਨਾ ਸੀ, ਰਾਤੋਂ ਰਾਤ ਉਹ ਫਲਾਈਓਵਰ ਵੀ ਤਿਆਰ ਕਰਤਾ, ਰੋਡ ਵੀ ਤਿਆਰ ਹੋ ਗਏ, ਪਰ ਆਮ ਪਬਲਿਕ ਵਾਸਤੇ ਇੰਨੀ ਦੇਰੀ ਕਿਉਂ? ਕਿਆ ਲੱਗਦਾ ਕਿ ਲੀਡਰ ਕੁੰਭਕਰਨ ਦੀ ਇੰਨੀ ਸੁੱਤੀ ਪਈ ਹੈ, ਵਿਰੋਧੀ ਧਿਰ ਦੇ ਵੀ ਮੌਜੂਦਾ ਵੀ, ਜਾਂ ਇੱਥੇ DC ਸਾਹਿਬਾਨ, SDM ਸਾਹਿਬ ਦਾ ਕੋਈ ਧਿਆਨ ਹੀ ਨਹੀਂ ਹੈ, ਕੀ ਕਾਰਨ ਕੀ ਲੱਗਦਾ? ਦੇਖੋ ਜੀ, ਹਿੰਦੁਸਤਾਨ ਵਿੱਚ ਤਾਂ ਪਹਿਲਾਂ ਇਹ ਗੱਲ ਹੈ, ਜਦੋਂ ਕੋਈ ਵੀ ਵਿਕਾਸ ਕਰਨਾ ਪਹਿਲਾਂ ਉਹਦੇ ਵਿੱਚ ਖਾਣ ਦਾ ਰਾਹ ਲੱਭਿਆ ਜਾਂਦਾ। ਜਦੋਂ ਇਹ ਰੋਡ ਬਣਾਈ ਹੈ ਉਦੋਂ ਵੀ ਕਿਉਂ ਨਹੀਂ, ਇਹਨਾਂ ਦੇ ਇੰਜੀਨੀਅਰ ਕਿੱਥੇ ਗਏ ਸੀ, ਉਦੋਂ ਵੀ ਤਾਂ ਦਿਖਦੀ ਹੈ ਕਿ ਇੱਥੇ ਨੂੰ ਪਾਣੀ ਆਉਂਦਾ ਹੈ, ਕਿ ਉਦੋਂ ਵੀ ਕਿਉਂ ਨਹੀਂ ਪਹਿਲਾਂ ਪੁਲਾਂ ਦੀ ਪ੍ਰਪੋਜ਼ਲ ਹੋਈ, ਨਾਲ ਲੱਗਦੀ ਉਹ ਕੰਮ ਹੋ ਜਾਣਾ ਸੀ, ਪਹਿਲਾਂ ਸੜਕਾਂ ਬਣਾ ਦਿੱਤੀਆਂ ਅਤੇ ਉਹਦੇ ਜਿਹੜੇ ਇੱਥੇ ਵੇ ਬਣਾਏ ਨੇ ਉਹ ਕਿੰਨੇ ਕਿੰਨੇ ਪੈਪ ਪਾਏ ਨੇ, ਲੱਖਾਂ ਕਰੋੜਾਂ ਦਾ ਖਰਚਾ ਕੀਤਾ, ਹੁਣ ਉਹ ਤੋੜ ਕੇ ਦੁਬਾਰੇ ਫਿਰ ਸ਼ੁਰੂ ਕਰ ਦਿੱਤਾ। ਤੇ ਹੁਣ ਜਦੋਂ ਇਹਨਾਂ ਨੇ ਪੁਲ ਲਗਾਉਣਾ ਸੀ ਪਹਿਲਾਂ ਇੱਕ ਸਾਈਡ ਚਾਲੂ ਕਰ ਲੈਂਦੇ ਫਿਰ ਦੂਜੀ ਕਰਦੇ, ਪਹਿਲੀ ਤਾਂ ਗੱਲ ਇਹ ਇੰਨਾ ਸਮਾਂ ਜੇਕਰ ਜਾਂਚ ਕਰਵਾਈ ਜਾਵੇ ਪੁਲ ਨੂੰ ਲੱਗਦੀ ਹੋ ਨਹੀਂ, ਇੱਕ ਸਾਲ ਤੋਂ ਵੱਧ ਸਮਾਂ ਇਹਨੂੰ ਹੋ ਗਿਆ ਖੜੇ ਨੂੰ, ਪਿੱਛੋਂ ਗਮਾਂਡਾ ਦਾ ਕੰਮ ਹੈ, ਇਹ ਵੀ ਨਹੀਂ ਕੋਈ ਸਰਕਾਰ ਤੋਂ ਗ੍ਰਾਂਟ ਆਉਣੀ ਹੈ, ਕਿਸੇ MLA ਦੀ ਸਰਕਾਰ ਬਦਲ ਗਈ ਹੈ, ਇਹ ਜਦੋਂ ਇਹ ਲਗਾਤਾਰ ਕੰਮ ਹੋਇਆ, ਹੁਣ ਨੂੰ ਤਾਂ 2 ਪੁਲ ਵੀ ਲੱਗ ਜਾਂਦੇ ਤੇ ਇਹਨਾਂ ਨੇ ਹੁਣ ਪੁਲ ਨਾ, ਇਹ ਲਗਾਤਾਰ ਦਿਨ ਰਾਤ ਕੰਮ ਚੱਲ ਰਿਹਾ, ਬੜਾ ਧੀਮਾ ਕੰਮ ਚੱਲ ਰਿਹਾ, ਤੇ ਵਿੱਚ ਨੇ ਟ੍ਰੈਫਿਕ ਬੰਦ ਕਰਤੀ, ਹੁਣ ਲੋਕ ਜਿਹੜੇ ਦੂਰੋਂ ਦੂਰੋਂ ਕੋਈ ਜਲੰਧਰ ਤੋਂ ਆਉਂਦਾ, ਕੋਈ ਗੁਰਦਾਸਪੁਰ ਬਟਾਲੇ ਤੋਂ, ਉਹਨਾਂ ਨੂੰ ਹੁਣ ਚੰਡੀਗੜ੍ਹ ਜਾਣਾ, ਇਸ ਰੋਡ ਨੂੰ ਸ਼ਾਰਟਕੱਟ ਪਤਾ ਲੱਗਾ ਉਹਨਾਂ ਨੂੰ, ਉਹਨਾਂ ਨੂੰ ਕੀ ਪਤਾ ਕਿ ਅੱਗੇ ਕੰਮ ਚੱਲ ਰਿਹਾ, ਇੱਥੇ ਆਉਂਦੇ ਇੱਥੋਂ ਫਿਰ ਉਹ ਪਿੰਡਾਂ ਵਿੱਚ ਧੱਕੇ ਖਾਂਦੇ ਫਿਰਦੇ ਨੇ। ਪਿਛਲੇ ਦਿਨ ਵੀ ਅਸੀਂ ਲੋਕ ਇੱਥੇ ਮਿਸ਼ਨ ਵੱਲੋਂ ਇਹ ਪੱਤਰ ਦਿੱਤਾ ਸੀਗਾ ਪੁਲਿਸ ਨੂੰ, ਪ੍ਰਸ਼ਾਸਨ ਨੂੰ, ਕਿ ਆਪਣੀ ਟ੍ਰੈਫਿਕ ਪੁਲਿਸ ਨੂੰ ਲਗਾ ਕੇ ਇਹਦਾ ਆਰਜ਼ੀ ਪ੍ਰਬੰਧ ਕਰਵਾਇਆ ਜਾਵੇ, ਪਰ ਹੁਣ ਦੇਖ ਰਹੇ ਹਾਂ ਕਿ ਇਹਨਾਂ ਨੇ ਆਹ ਚੋ ਵਿੱਚ ਦੀ ਇੱਕ ਆਮ ਰਸਤਾ ਬਣਾ ਦਿੱਤਾ, ਉੱਥੇ ਗੱਡੀਆਂ ਫਸ ਰਹੀਆਂ ਨੇ, ਤੇ ਇੱਕ ਦਿਨ ਰਸਤਾ ਖੋਲਦੇ ਨੇ ਲੋਕਾਂ ਦੀਆਂ ਗੱਡੀਆਂ ਸ਼ੁਰੂ ਹੋ ਜਾਣਾ, ਦੂਜੇ ਦਿਨ ਇਹ ਬੰਦ ਕਰ ਦਿੰਦੇ ਨੇ। ਸੋ ਹੁਣ ਪੱਕੇ ਤੌਰ ਤੇ ਲੋਕਾਂ ਵਿੱਚ ਰੋਸ ਹੈ, ਨਹੀਂ ਤਾਂ ਇੱਥੇ ਪੱਕੇ ਤੌਰ ਤੇ ਧਰਨਾ ਲਾ ਕੇ ਲੋਕਾਂ ਨੂੰ ਬੈਠਣਾ ਪਵੇਗਾ, ਕਿ ਇਸ ਦੇ ਵਿੱਚ ਇਹ ਤਾਂ ਸਿਰਫ ਤੇ ਸਿਰਫ ਲੰਬਾ ਟਾਈਮ ਕਰਕੇ ਇੱਕ ਖਰਚੇ ਪਾਏ ਜਾ ਰਹੇ ਨੇ, ਲੋਕਾਂ ਦਾ ਫਾਇਦਾ ਇਹਦੇ ਵਿੱਚ ਕੋਈ ਨਹੀਂ ਹੋ ਰਿਹਾ, ਤੇ ਲੋਕ ਤਾਂ ਉਲਟਾ ਪਰੇਸ਼ਾਨ ਹੋ ਰਹੇ ਨੇ, ਕਿੱਥੇ ਸਾਨੂੰ ਵਿਕਾਸ ਦਿਖਾ ਰਹੇ ਨੇ? ਠੀਕ ਆ, ਅਸੀਂ ਵੀ ਖੁਸ਼ ਹਾਂ, ਜੇਕਰ ਸਾਡੇ ਲਈ ਕੋਈ ਚੰਗਾ ਕਰ ਰਿਹਾ ਅਸੀਂ 4 ਦਿਨ ਔਖੀ ਕੱਟ ਲਾਂਗੇ, ਪਰ ਇਹ ਸਮਾਂ ਵੱਧ ਵੀ ਕੋਈ ਕੰਮ ਹੋਵੇ ਨਾ, ਇਹਦਾ ਤਾਂ ਪਤਾ ਲਿਮਟ ਹੈ ਕੋਈ ਨਹੀਂ ਹੈ। ਬਿਲਕੁਲ, ਇਹ ਤਸਵੀਰਾਂ ਦਿਖਾ ਦਿੰਦੇ ਆ ਕਿ ਕਿਵੇਂ ਜਿਹੜੀ ਪਬਲਿਕ ਇਕੱਠੀ ਹੋਈ ਹੋਈ ਹੈ, ਜਿਹੜੇ ਲੱਗ ਸਕੇ ਕਿੰਨੀ ਮੁਸ਼ਕਲ ਦੇ ਨਾਲ ਲੋਕ ਰਹਿ ਰਹੇ ਨੇ, ਤਾਂ ਕਿੰਨਾ ਮੁਸ਼ਕਲ ਹੁੰਦਾ ਜੀ ਰੋਜ਼ਾਨਾ ਨਿਕਲਣਾ ਤੁਹਾਨੂੰ ਵੀ? ਜਿਹੜਾ ਔਖਾ ਹੋਇਆ ਬਾਈ ਇੱਥੇ ਦਾ, ਬਹੁਤ ਪਰੇਸ਼ਾਨ ਹੁੰਦੇ, ਅੱਜ ਮਾੜਾ ਮੋਟਾ ਜਾਣ ਲੱਗੇ ਇੱਧਰ ਪਿੰਡਾਂ ਵਿੱਚ ਘੁੰਮ ਗਿਆ, ਉਹਨੇ ਬਹੁਤ ਢਕੋਰਾ ਉਹਨੂੰ ਜੀ, ਕੰਮ ਕਾਰ ਤਾਂ ਚੱਲ ਨਹੀਂ ਰਿਹਾ, ਕੋਈ ਕੰਮ ਕਾਰ ਕੋਈ ਨਹੀਂ ਚੱਲਦਾ ਜੀ, ਸਭ ਕੰਮ ਬੰਦ ਹੈ ਜੀ ਉਰੇ ਦਾ। ਹਾਂਜੀ ਹਾਂ, ਸਾਡੇ ਪਿੰਡ ਦੀ ਅੱਧੇ ਪਿੰਡ ਦੀ ਜ਼ਮੀਨ ਜੀ ਪੁਲ ਤੋਂ ਪਾਰ ਹੈ ਜੀ, ਜਿਸ ਬੰਦੇ ਨੇ ਖੇਤ ਮਾ ਜਾਣਾ, ਮੋਟਰ 'ਚ ਜਾਣਾ, ਪੱਠੇ ਲੈਣ ਜਾਣਾ, ਕਿਉਂਕਿ ਅੱਧੇ ਪਿੰਡ ਦੀ ਜ਼ਮੀਨ ਪਵਾਰ ਪੈ ਗਈ, ਉਹਨਾਂ ਨੂੰ ਪੜਾਉਲ ਨੂੰ ਘੁੰਮਾਉਣਾ ਪੈਂਦਾ, ਜਾਂ ਇੱਧਰ ਟਪਰੀਆਂ ਨੂੰ ਘੁੰਮਾਉਣਾ ਪੈਂਦਾ, 6-7 ਕਿਲੋਮੀਟਰ ਇਸ ਪਿੰਡ ਨੂੰ ਜਾਣਾ ਪੈਂਦਾ, ਜਦਕਿ ਅੱਧਾ ਪਿੰਡ ਪਾਰ ਪੈਂਦਾ ਨਾਲ।
ਅੱਧੀ ਜ਼ਮੀਨ ਪਾਰ ਹੈ। ਬਿਲਕੁਲ ਤੁਸੀਂ ਦੇਖੋ ਕੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਆਟੋ ਫਸ ਗਿਆ, ਦੂਜੇ ਪਾਸੇ ਇਹ ਲੋਕ ਪਰੇਸ਼ਾਨ ਹੋ ਰਹੇ ਨੇ। ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਰਹੋ ਕਿਉਂਕਿ ਪਤਾ ਲੱਗ ਸਕੇ ਪ੍ਰਸ਼ਾਸਨ ਨੂੰ ਕਿੰਨਾ ਕੁ ਮੁਸ਼ਕਿਲ ਹੈ। ਤੁਸੀਂ ਆਪਣੀ ਫੈਮਿਲੀ ਨੂੰ ਬੱਚੇ ਲੈ ਕੇ ਜਾ ਰਹੇ ਹੋ? ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜੀ। ਪਹਿਲਾਂ ਅਸੀਂ ਘਰੋਂ ਇੱਥੇ ਆਉਂਦੇ ਹਾਂ, ਪਹਿਲਾਂ ਖੁੱਲ ਜਾਂਦਾ ਹੈ, ਫਿਰ ਬਾਅਦ 'ਚ ਬੰਦ ਕਰ ਦਿੰਦੇ, ਫਿਰ ਸਾਨੂੰ 20 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਜੀ। ਹੁਣ ਮੰਨ ਲਓ ਕੋਈ ਬੰਦਾ ਦਵਾਈ ਦਵਾਉਣ ਜਾ ਰਿਹਾ ਜਾਂ ਕਿੱਥੇ ਹੋਸਪਿਟਲ 'ਚ ਲੈ ਕੇ ਜਾਣਾ, ਬੰਦਾ ਮਰਦਾ ਹੋਵੇ, ਸਾਨੂੰ ਉੱਪਰੋਂ ਘੁੰਮਣਾ ਪੈਂਦਾ ਜੀ। ਬਹੁਤ ਪਰੇਸ਼ਾਨੀ ਹੈ, ਇਹਦਾ ਜ਼ਰੂਰ ਕੋਈ ਹੱਲ ਕੱਢਿਆ ਜਾਵੇ ਜੀ। ਕਿੰਨਾ ਕੁ ਮੁਸ਼ਕਿਲ ਹੁੰਦਾ ਜੀ ਤੁਸੀਂ ਨਿਕਲਦੇ ਹੋ ਰੋਜ਼ਾਨਾ ਜੀ? ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਯਾਰ ਲੋਕ ਪਰੇਸ਼ਾਨ ਹੋ ਰਹੇ ਨੇ, ਤਾਂ ਕਿੰਨਾ ਕੁ ਮੁਸ਼ਕਿਲ ਹੁੰਦਾ ਬਾਬਾ ਜੀ? ਇਹੀ ਜੀ ਮੁਸ਼ਕਿਲ, ਜਿਹੜਾ ਕਿੰਨਾ ਦੁੱਖ ਤੇ ਤਕਲੀਫ ਤੇ ਇੰਨੇ ਹੁਸ਼ਿਆਰਪੁਰ ਗੁਰਦਾਸਪੁਰ ਤੇ ਲੰਘ ਰਹੇ ਉਰੇ ਨੂੰ PGI ਜਾਣਾ, ਕੋਈ ਮਰੀਜ਼ ਆ ਕੋਈ ਕਿੱਥੇ ਨੂੰ ਪਿੰਡਾਂ 'ਚ ਜਾਊਗਾ? ਪਿੰਡਾਂ ਦੀਆਂ ਲਿੰਕ ਸੜਕਾਂ ਤਾਂ ਪਹਿਲਾਂ ਹੀ ਟੁੱਟੀਆਂ ਪਈਆਂ, ਬੁਰਾ ਹਾਲ ਹੋਇਆ ਪਿਆ। ਅਸੀਂ ਕਿਤੇ ਪਹਿਲਾਂ ਵੀ ਕਰਕੇ ਪੱਤਰਕਾਰ ਅਸੀਂ ਤੁਸੀਂ ਪਹਿਲਾਂ ਵੀ ਕਹਿ ਕੇ ਗਏ ਵੀ ਭਾਈ ਉਰੇ ਰਸਤਾ ਹੈ ਨੀ, ਹੈ ਵੀ ਰਸਤਾ ਇੱਕ ਰਸਤਾ ਕਰਨਾ ਹੁੰਦਾ, ਦਿਨ ਰਾਤ ਚੱਲਦਾ ਕੰਮ ਇਹ, ਅਸੀਂ ਵੀ ਇੰਨੀ ਸਾਰੀ ਨੌਕਰੀਆਂ ਕਰੀਆਂ ਬਾਹਰ, ਜੇ ਪੁਲ ਬਣਾਉਣਾ ਪਹਿਲਾਂ ਦਿਨ ਰਾਤ ਚੱਲਦਾ, ਇਹ ਤਾਂ ਹੁਣ ਘੰਟੇ ਲਾ ਕੇ ਚਲੇ ਜਾਣਾ ਇਹਨਾਂ ਨੇ ਤਾਂ, ਉਹ ਖੜਾ ਕਰਦੇ ਪਹਿਲਾਂ ਨੀ ਦਿਖਦੇ ਇਹਨਾਂ ਨੂੰ ਵੀ ਇੱਧਰ ਦੁਨੀਆ ਦੁਖੀ ਹੋਊਗੀ। ਕੋਈ ਹੈ ਧਿਆਨ ਪ੍ਰਸ਼ਾਸਨ ਦਾ ਕਮਾਲ? ਕੋਈ ਧਿਆਨ ਨਹੀਂ ਪ੍ਰਸ਼ਾਸਨ ਦਾ, ਆਪਣੀਆਂ ਵੋਟਾਂ ਦਾ ਕਮਾ ਤੋਲਾ ਬਸ, ਵੋਟਾਂ ਦਾ ਕਮਾਲ ਕਰ, ਮੁੜ ਕੇ ਦੇਖਣਾ ਵੀ ਕੌਣ ਜਾਂਦਾ ਮਰਦਾ ਕੋਈ ਨਹੀਂ। ਕੋਈ ਲੀਡਰ ਆਇਆ? ਕਿਹੜਾ ਲੀਡਰ ਹੈ ਜੀ ਉਰੇ, ਦੇਖੋ ਤੁਹਾਡੇ ਸਾਹਮਣੇ ਹੀ ਹੈ, ਕਿਹੜਾ ਲੀਡਰ ਉਰੇ ਆਉਂਦਾ? ਬਿਲਕੁਲ ਦੇਖੋ, ਅੱਛਾ ਹੁਣ ਚੱਲਦਾ ਹੋਇਆ ਕੰਮ ਕਰਦੇ ਜਿਹੜੇ ਨਾ, ਆਪਾਂ ਅਸੀਂ ਵੀ ਦੇਖੇ ਬਾਹਰ, ਦਿੱਲੀ ਵੀ ਚੱਲਿਆ, ਸਾਰਾ ਵੀ ਲੁਧਿਆਣੇ ਚੱਲਦਾ, ਕੋਈ ਵੀ ਪਹਿਲਾਂ ਇੱਕ ਰਸਤਾ ਚਾਲੂ ਕਰਦੇ ਹੈ ਵੀ ਦੁਨੀਆ ਪਬਲਿਕ ਤੰਗ ਨਾ ਹੋਵੇ, ਇਹਨਾਂ ਨੇ ਦੋਵੇਂ ਪਾਸੇ ਬੰਦ ਕਰੇ ਪਏ, ਆਪਣੇ ਟਾਈਮ ਤੇ ਬੰਦ ਕਰਕੇ ਲੰਘ ਜਾਣੇ ਨੇ। ਕੋਈ ਬਣਾਇਆ ਅਗਰ ਹੁਣ ਇੰਤਜ਼ਾਮ ਨਹੀਂ ਕਰਦੇ ਕੀ ਅਗਲਾ ਸੰਘਰਸ਼ ਕੀ ਕਰੂਗਾ? ਅਸੀਂ ਸੰਘਰਸ਼ ਕਰੂੰਗਾ ਜੀ, ਸਿੱਧੀ ਗੱਲ, ਇੱਥੇ ਬੈਠ ਕੇ ਅਸੀਂ ਕਰੂੰਗੇ ਇਹਨਾਂ ਦਾ, ਹੈ ਇਹਨਾਂ ਦਾ ਮਤਲਬ ਨਹੀਂ ਬਣਾ, ਹੁਣ ਆਉਂਦਾ ਨਹੀਂ ਹੈ ਉਰੇ, ਸਾਹਮਣੇ ਤਾਂ ਆਵੇ, ਸਾਹਮਣੇ ਤਾਂ ਆਵੇ, ਦੁਨੀਆ ਦੇਖੋ ਕਿੱਦਾਂ ਪਬਲਿਕ ਹੁਣ ਤੁਰ ਲੱਗੀ ਵਿਚਾਰੀ ਮਾੜੀ ਮੋਟੀ, ਭੱਜੇ ਹੋਏ ਇੱਥੋਂ, ਆਪਾਂ ਭੱਜ ਗਏ ਜੀ, ਲੰਘੇ ਦੇਖੇ ਵੀ ਹੁਣ ਆ ਗਏ, ਲੰਘੇ ਇਹਨਾਂ ਦਾ ਕੰਮੇ। ਬਿਲਕੁਲ ਇਹ ਹਾਲਾਤ ਜਿਹੜੇ ਹੋ ਚੁੱਕੇ ਨੇ, ਠੇਕੇਦਾਰ ਇੱਥੋਂ ਭੱਜ ਚੁੱਕਾ ਹੈ, ਕੰਮ ਕਾਰ ਬੰਦ ਹੋ ਚੁੱਕਾ ਬਾਈ, ਕਿੰਨਾ ਕੁ ਮੁਸ਼ਕਿਲ ਲੱਗਦਾ ਰੋਜ਼ਾਨਾ ਤੁਸੀਂ ਨਿਕਲਦੇ ਇੱਥੋਂ? ਬਹੁਤ ਮੁਸ਼ਕਿਲ ਲੱਗਦਾ ਹੈ। ਉੱਪਰ ਨੂੰ ਘੁੰਮ ਕੇ ਆਉਣਾ ਪੈਂਦਾ ਹੈ, ਪੂਰਾ ਬਾਟ ਬਹੁਤ ਪੈਂਦੀ ਹੈ, ਬੜਾ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ। ਬਿਲਕੁਲ ਤੁਸੀਂ ਦੇਖੋ ਕਿ ਇਹ ਰਾਹਗੀਰ ਨੇ, ਜਿੰਨਾ ਵੀ ਪ੍ਰਸ਼ਾਸਨ ਸੁਣ ਰਿਹਾ ਤਾਂ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਮੈਂ ਪਹਿਲਾਂ ਗੱਡੀ ਵੀ ਦਿਖਾ ਦਿੰਦਾ ਕਿਸ ਤਰੀਕੇ ਦੇ ਨਾਲ ਗੱਡੀ ਜਿਹੜੀ ਫਸ ਚੁੱਕੀ ਹੈ, ਜੋ ਕਿ ਇਹਨਾਂ ਨੇ ਇੱਕ ਕੱਚਾ ਰਾਸਤਾ ਪੁੱਟ ਕੇ ਇੱਕ ਰਾਹ ਕੱਢਿਆ ਸੀ, ਪਰ ਉਹ ਰਾਸਤੇ ਦੇ ਵਿੱਚ ਵੀ ਤੁਸੀਂ ਦੇਖੋ ਵਹੀਕਲ ਫਸਦੇ ਨਜ਼ਰ ਆ ਰਹੇ ਨੇ। ਆ ਤੁਸੀਂ ਨਾਲ ਦੀ ਨਾਲ ਤਸਵੀਰਾਂ ਦਿਖਾਵਾਂਗੇ ਕਿਵੇਂ ਰੋਡ ਦੇ ਉੱਤੇ ਕੋਈ ਵੀ ਮੁਲਾਜ਼ਮ ਇਹਨਾਂ ਦਾ ਵਰਕਰ ਕੰਮ ਨਹੀਂ ਕਰ ਰਿਹਾ, ਪਰ ਆ ਗੱਡੀ ਦੇਖੋ ਆਹ ਫਸ ਚੁੱਕੀ ਆ, ਟਰੱਕ ਫਸ ਚੁੱਕਾ, ਪਰ ਇਹ ਤਸਵੀਰਾਂ ਤੁਸੀਂ ਦੇਖੋ ਕਿ ਹੁਣ ਜਦੋਂ ਤੱਕ ਇਹ ਟਰੱਕ ਨਹੀਂ ਨਿਕਲਦਾ ਉਦੋਂ ਤੱਕ ਆਵਾਜਾਈ ਚਾਲੂ ਨਹੀਂ ਹੋਣੀ। ਤਾਂ ਤੁਸੀਂ ਦੇਖੋ ਕਿ ਇਹ ਬਿਲਕੁਲ ਟਾਇਰ ਇਸਦਾ ਬਿਲਕੁਲ ਧਸ ਚੁੱਕਾ ਨੀਚੇ। ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਰਹੋ ਕਿਉਂਕਿ ਸਾਡਾ ਤਾਂ ਫਰਜ਼ ਲੋਕਾਂ ਦੀ ਮੁਸ਼ਕਿਲ ਹੈ ਜਿਹੜੀ ਉਹ ਦਿਖਾਉਣੀ ਹੈ। ਤਾਂ ਤੁਸੀਂ ਦੇਖੋ ਕਿ ਆਹ ਜਿਹੜਾ ਫਲਾਈਓਵਰ ਬਣ ਰਿਹਾ, ਤਾਂ ਇਸਦੇ ਉੱਤੇ ਕੋਈ ਵੀ ਲੇਬਰ ਦਾ ਕੰਮ ਨਹੀਂ ਬੰਦੇ ਦਾ ਕਰ ਰਿਹਾ, ਤੁਸੀਂ ਦੇਖੋ ਗੱਡੀ ਵੀ ਪਲਟ ਸਕਦੀ ਸੀ ਇਹ। ਤਾਂ ਜਿੰਨੇ ਵੀ ਤੁਹਾਡੇ ਦਰਸ਼ਕ ਦੇਖ ਰਹੇ ਨੇ, ਸਾਡਾ ਤਾਂ ਫਰਜ਼ ਇਹੀ ਹੁੰਦਾ ਕਿ ਸਰਕਾਰ ਤੱਕ ਪ੍ਰਸ਼ਾਸਨ ਤੱਕ ਇਹ ਖਬਰ ਪਹੁੰਚਾ ਸਕੀਏ, ਜਿਸ ਤਰੀਕੇ ਨਾਲ ਹਾਲਾਤ ਦੇਖੇ ਨੇ ਜਗ੍ਹਾ ਉੱਤੇ ਆਣ ਕੇ ਕਿ ਲੇਬਰ ਕੰਮ ਛੱਡ ਕੇ ਭੱਜ ਚੁੱਕੀ ਹੈ, ਕੁੰਭਕਰਨ ਦੀ ਨੀਂਹ ਸੁੱਤੀ, ਠੇਕੇਦਾਰ ਪਏ ਨੇ, ਦੂਜੇ ਪਾਸੇ ਪ੍ਰਸ਼ਾਸਨ ਪਿਆ। ਤਾਂ ਇਸ ਨੂੰ ਲੈ ਕੇ ਜਿਹਨਾਂ ਲੋਕਾਂ ਨੇ ਸਾਡੇ ਧਿਆਨ ਦੇ ਵਿੱਚ ਵੀ ਲੈ ਕੇ ਆਏ ਨੇ, ਤਾਂ ਉਹਨਾਂ ਨਾਲ ਵੀ ਇੱਕ ਨੌਜਵਾਨ ਨਾਲ ਗੱਲਬਾਤ। ਬਾਈ ਕਿੰਨਾ ਕੁ ਮੁਸ਼ਕਿਲ ਤੁਸੀਂ ਧਿਆਨ 'ਚ ਲਿਆਇਓ ਸਾਡੇ 'ਚ? ਮੁਸ਼ਕਿਲ ਹੈ ਜੀ, ਇੱਥੇ ਜਿੱਦਾਂ ਅਸੀਂ ਕੈਬ ਦਾ ਕੰਮ ਕਰਦੇ ਹਾਂ, ਸਾਨੂੰ 10 ਪਿੰਡ ਘੁੰਮ ਕੇ ਆਉਣਾ ਪੈਂਦਾ ਜੀ।
ਅੱਜ ਸਵੇਰੇ ਇੱਥੇ ਖੜ ਕੇ ਸਾਰੇ ਪੰਚਾਇਤ ਇਕੱਠੀ ਕਰਕੇ ਨੇੜੇ ਪਿੰਡਾਂ ਦੀ ਤੇ ਫੇਰ ਕਰਾਇਆ ਜੀ, ਤੇ ਪ੍ਰਸ਼ਾਸਨ ਵਾਲੇ ਸਾਰੇ ਭੱਜ ਗਏ ਜੀ, ਕੋਈ ਨੀ ਆਇਆ ਇੱਥੇ, ਨਾ ਜੀ ਕੋਈ ਜਵਾਬ ਦੇਣੀ ਨਾ ਕੰਮ ਚੱਲ ਰਿਹਾ ਦੇਖ ਲਓ। ਫਿਰ ਹਲਕੇ ਲਵਾਰਸ ਮੰਨੀ ਕਿ ਲਵਾਰਸ ਹੋ ਗਏ, ਫਿਰ ਲਵਾਰਸੀ ਆ ਜੀ, ਲਵਾਰਸੀਆਂ ਜੀ, ਉਹ ਦੇਖ ਲਓ ਗੱਡੀ ਫਸੀ ਪਈ ਗਰੀਬਾਂ ਵਿਚਾਰਿਆਂ ਦੀ, ਉਹਨਾਂ ਦਾ ਕੌਣ ਵਾਰੀ ਵਾਰਸ, ਸਵੇਰੇ ਸਕੂਲ ਦੇ ਬੱਚਿਆਂ ਦੀ ਸਕੂਲ ਵਾਲੇ ਬੱਚਿਆਂ ਦੀ ਬੱਸ ਫਸੀ ਹੋਈ ਸੀਗੀ, ਉਹ ਅਸੀਂ ਘੱਟੋ ਘੱਟ 20 ਬੰਦਿਆਂ ਨੂੰ ਧੱਕਾ ਮਾਰ ਕੇ ਬੱਸ ਕਢਾਈ ਔਰ ਸਾਰਾ ਰਸਤਾ ਇਹਨੇ ਖਰਾਬ ਕੀਤਾ ਹੋਇਆ ਜੀ। ਬਿਲਕੁਲ, ਤਦ ਬੱਚੇ ਵੀ ਦੱਸਿਆ ਜਾ ਰਿਹਾ ਬਈ ਜੀ ਪਰੇਸ਼ਾਨ ਹੋ ਰਹੇ ਨੇ ਤੇ ਰਾਹਗੀਰੀ ਪਰੇਸ਼ਾਨ ਨੇ, ਗੱਡੀਆਂ ਫਸਦੀਆਂ ਨੇ, ਪਰ ਇੱਥੇ ਨਾ ਕੋਈ ਅਧਿਕਾਰੀ, ਨਾ ਕੋਈ ਪੁਲਿਸ ਪ੍ਰਸ਼ਾਸਨ ਦਾ, ਨਾ ਕੋਈ ਇੱਥੇ ਲੀਡਰ, ਨਾ ਕੋਈ ਇੱਥੇ ਡੀਸੀ ਸਾਹਿਬ, ਨਾ ਕੋਈ ਇੱਥੇ SDM ਸਾਹਿਬ, ਤਾਂ ਕਿਵੇਂ ਦੇਖਦੇ ਹੋ ਕਿ ਹਲਕੇ ਦਾ ਹਾਲ ਕੀ ਹੋ ਚੁੱਕਾ, ਕਿਉਂ ਨੀ ਇਸ ਵੱਲ ਧਿਆਨ ਦਿੱਤਾ ਜਾ ਰਿਹਾ? ਇਸੇ ਗੱਲ ਕਰਕੇ ਤਾਂ ਜਿਹੜੇ ਠੇਕੇਦਾਰ ਉਹ ਪ੍ਰਵਾਹ ਨੀ ਕਰ ਰਹੇ, ਉਹ ਕਹਿੰਦੇ ਵੀ ਉਰੇ ਕੋਈ ਸਾਨੂੰ ਕਹਿੰਦਾ ਹੈ ਨੀ, ਪਬਲਿਕ ਹੈ ਬੋਲ ਕੇ ਚਲੇ ਜਾਂਦੀ ਹੈ। ਤਾਂ ਇਸ ਕਰਕੇ ਮੈਂ ਤੁਹਾਡੇ ਜ਼ਰੀਏ ਜਿੰਨੇ ਨੇੜੇ ਤੇੜੇ ਦੇ ਪਿੰਡ ਹੈ ਹੋਰ ਜਿੱਥੇ ਤੱਕ ਵੀ ਸਾਡੀ ਆਵਾਜ਼ ਜਾਂਦੀ ਹੈ ਵੀ ਇੱਕ ਦਿਨ ਇਕੱਠੇ ਹੋ ਕੇ ਅਗਰ ਤਾਂ ਇਹ ਰਸਤਾ ਬਣਾ ਤਾ ਵਧੀਆ ਗੱਲ ਹੈ, ਸਾਡੀ ਤਾਂ ਬੇਨਤੀ ਇਹ ਹੈ ਵੀ ਚਲੋ ਕੰਮ ਠੀਕ ਹੈ ਚੱਲਦਾ, ਵਧੀਆ ਡਿਵੈਲਪਮੈਂਟ ਹੋ ਰਹੀ ਹੈ ਹਲਕੇ ਦੀ, ਚੰਗੀ ਗੱਲ ਹੈ। ਪਰ ਅਗਰ ਨਾ ਹੋਇਆ ਤਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ 2-4 ਦਿਨ ਤੱਕ ਇਹਦਾ ਪੱਕੇ ਤੌਰ ਤੇ ਕੋਈ ਇਹਦਾ ਧਰਨਾ ਲਾ ਕੇ ਕੰਮ ਇਹਨਾਂ ਦਾ ਬੰਦ ਕਰਾਇਆ ਜਾਵੇ ਤਾਂ ਕਿ ਇਹਨਾਂ ਨੂੰ ਅਕਲ ਆਵੇ ਜਿਹੜੇ ਕੁੰਭਕਰਨੀ ਦੇ ਸੁੱਤੇ ਹੈ ਵੀ ਪਬਲਿਕ ਨੂੰ ਕਿੰਨੀ ਪਰੇਸ਼ਾਨੀ ਹੋ ਰਹੀ ਹੈ। ਦੇਖੋ ਜਦ ਤੱਕ ਲੋਕ ਜਾਗਦੇ ਨਹੀਂ ਹੈਗੇ, ਰੋਜ਼ ਮੈਨੂੰ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ ਹੈਗੀ, ਇਹਨਾਂ ਨੂੰ ਕਿਆ ਲੋੜ, ਇਹਨਾਂ ਦਾ ਕੰਮ ਚੱਲ ਰਿਹਾ, ਪਬਲਿਕ ਜਿੱਥੇ ਖੂਹ ਜਾਵੇ ਖਾਤੇ ਜਾਵੇ। ਹੁਣ ਦੇਖੋ ਕੋਈ ਵਿਚਾਰਾ ਬਿਮਾਰ ਹੋ ਕਿੱਥੇ ਨੂੰ ਮੁੜੇਗਾ, ਉਰੇ ਤੇ ਆ ਕੇ ਪਿੱਛੇ ਇਹਨਾਂ ਨੂੰ ਅਗਲਾ ਕੰਮ ਹੋ ਜਾਂਦਾ ਹੈਂਜੀ, ਕੋਈ ਟਾਈਮ ਹਰੇਕ ਕੋਲ ਹੁੰਦਾ ਨਹੀਂ ਹੈਗਾ, ਇਹ ਆਪਣੀ ਮਰਜ਼ੀ ਕਰਦੇ ਹੈ। ਹੁਣ ਆਪਾਂ ਇਕੱਠੇ ਹੋਏ ਹਾਂ, ਅੱਜ ਨੇ ਚਲਾ ਤਾ, ਕੱਲ ਨੂੰ ਥੋੜੀ ਬਾਰਿਸ਼ ਹੋ ਗਈ ਫੇਰ ਖਰਾਬ ਹੋ ਜਾਣਾ, ਇਹ ਤਾਂ ਲੋਕਾਂ ਨੂੰ ਇੱਕ ਵਾਰੀ ਇਕੱਠਾ ਹੋ ਕੇ ਇਹਦਾ ਬਹੁਤ ਵਿਰੋਧ ਕਰਨਾ ਪੈਣਾ ਤਾਂ ਇਹਨਾਂ ਨੇ ਕੁੰਭਕਰਨੀ ਤੇ ਜਾਗਣਾ ਹੈ। ਇੱਕ ਰੋਡ ਦੇ ਉੱਤੇ ਹੁਣੇ ਬਾਬਾ ਜੀ ਆਏ ਨੇ, ਕਿੰਨੀ ਕੁ ਮੁਸ਼ਕਿਲ ਹੁੰਦਾ ਜੀ ਰੋਜ਼ਾਨਾ ਇੱਥੇ ਨਿਕਲਣਾ, ਕਿਉਂਕਿ ਤੁਸੀਂ ਤਾਂ ਦੇਖਿਆ ਜੀ ਮੋਟਰਸਾਈਕਲ ਤੇ ਬੜੀ ਔਖਾ ਜੀ, ਅਸੀਂ ਦੂਏ ਪਿੰਡਾਂ ਨੂੰ ਘੁੰਮ ਕੇ ਜਾਂਦੇ ਹਾਂ ਪੁਰਾਣੇ ਰਸਤੇ ਨੂੰ ਟਕੋਰਾਂ ਕੰਨੀ ਨੂੰ, ਤੇ ਕਈ ਵਾਰੀ ਬਲਾਕ ਤੇ ਇੱਧਰ ਨੂੰ ਆ ਜਾਈਦਾ, ਨਹੀਂ ਤਾਂ ਬਲਾਕ ਵਾਲੇ ਗੁਰਦੁਆਰੇ ਕੋਲੋਂ ਮੁੜ ਜਾਈਦਾ, ਜੇ ਆ ਗਏ ਤਾਂ ਇੱਧਰ ਨੂੰ ਪਿੰਡਾਂ ਚ ਨੂੰ ਘੁੰਮ ਕੇ ਆਈਆ। ਅੱਛਾ, ਕਾਨੂੰਨ ਦੇ ਵਿੱਚ ਇੱਕ ਲਾਅ ਹੁੰਦਾ ਹੈ ਕਿ ਅਗਰ ਕੋਈ ਰੋਡ ਕੋਈ ਫਲਾਈਓਵਰ ਬਣਨਾ ਹੈ ਤਾਂ ਪਬਲਿਕ ਵਾਸਤੇ ਆਰਜ਼ੀ ਤੌਰ ਤੇ ਰਸਤਾ ਬਣਾਉਣਾ ਪੈਂਦਾ ਜੀ, ਲੱਗਦਾ ਕਾਨੂੰਨ ਦੀ ਪਰਵਾਹ ਨਹੀਂ ਕਰ ਰਹੇ ਪਰ ਇਹ। ਹਾਂਜੀ, ਇੱਕ ਰਸਤਾ ਚਾਲੂ ਕਰਨਾ ਚਾਹੀਦਾ ਇਹਨਾਂ ਨੂੰ ਪਬਲਿਕ ਵਾਸਤੇ। ਬਿਲਕੁਲ, ਦੇਖੋ ਕਿ ਆਟੋ ਵਾਲੇ ਨੇ ਵੀਰ ਜੀ, ਜ਼ਰੂਰੀ ਆ, ਬਹੁਤ ਜ਼ਰੂਰੀ ਆ, ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਆ, ਮੈਂ ਸਬਜ਼ੀ ਵੇਚਦਾ ਜੀ ਡੇਲੀ ਦਾ, ਇੱਧਰ ਮੇਰੇ ਗ੍ਰਾਹਕ 3-4 ਪਿੰਡਾਂ 'ਚ, ਤੇ ਬਹੁਤ ਸਬਜ਼ੀ ਮੇਰੀ ਬਣਾਉਣ ਹੋ ਜਾਂਦੀ ਆ, ਮਟਰ ਗਿੱਲੇ ਹੋ ਜਾਂਦੇ ਆ ਤਾਂ ਵਿਕ ਨਹੀਂ ਪਾਉਂਦਾ ਏ, ਬਹੁਤ ਪਰੇਸ਼ਾਨੀ ਹੁੰਦੀ ਆ ਸੜਕ ਕਰਕੇ, ਇਹਨੂੰ ਤਾਂ ਬਹੁਤ ਜ਼ਰੂਰੀ ਆ। ਬੰਦ ਵੀ ਕਰ ਦਿੰਦੇ? ਹਾਂਜੀ, ਬਹੁਤ ਬੰਦ ਕਰਦੇ, ਸਾਨੂੰ ਪਰੇਸ਼ਾਨੀ ਹੋ ਜਾਂਦੀ, ਮੀਂਹ ਪੈਂਦੇ ਨੂੰ ਮੁੜਨਾ ਪੈਂਦਾ ਸਾਨੂੰ। ਬਿਲਕੁਲ, ਤੁਸੀਂ ਦੇਖੋ ਕਿ ਗੱਡੀਆਂ ਵਾਲੇ ਜਿਹੜੇ ਆ ਚੁੱਕੇ ਨੇ ਤਾਂ ਇਹਨਾਂ ਦੀਆਂ ਵੀ ਗੱਡੀਆਂ ਨਿਕਲਣੀਆਂ ਮੁਸ਼ਕਿਲ ਹੋਣੀਆਂ, ਤਾਂ ਕਿੰਨਾ ਕੁ ਮੁਸ਼ਕਿਲ ਹੋਤਾ ਆ ਨਿਕਲਣਾ? ਬਹੁਤ ਮੁਸ਼ਕਿਲ ਹੈ ਜੀ। ਰਾਸ਼ਨ ਅਸੀਂ ਬਹੁਤ ਹੈਰਾਨ ਹੁੰਦੇ ਜੀ। ਤੇ ਬੰਦ ਕਰ ਦਿੰਦੇ ਰੋਡ? ਹੋਰ ਜੀ, ਉਹ ਬੰਦ ਕਰ ਦਿੰਦੇ ਜੀ। ਬਿਲਕੁਲ, ਤੁਸੀਂ ਦੇਖੋ ਕਿ ਨਾਲ ਦੀ ਨਾਲ ਤਸਵੀਰਾਂ ਦਿਖਾਉਂਦੇ ਆ ਤਾਂ ਕਿੰਨਾ ਮੁਸ਼ਕਿਲ ਹੁੰਦਾ ਹੈ ਸਰ ਇਹ ਰੋਡ ਜਿਹੜਾ ਕਾਫੀ ਲੰਬੇ, ਜਿਆਦਾ ਪਰੇਸ਼ਾਨੀ ਆਉਂਦੀ ਹੈ ਜੀ। ਲੇਬਰ ਇੱਥੇ ਕੋਈ ਕੰਮ ਨਹੀਂ ਕਰਦੀ? ਹਾਂ, ਜਿਹੜੀ ਲੇਬਰ ਘੱਟ ਕੰਮ ਕਰਦੀ ਹੈ, ਦੂਜਾ ਬਾਰਿਸ਼ ਹੁੰਦੀ ਹੈ, ਜਿਸਦਾ 2-wheeler ਦਾ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਿਲ। ਬਿਲਕੁਲ, ਤੁਸੀਂ ਦੇਖੋ ਕਿ ਹਾਲਾਤ 2-wheeler ਵਾਸਤੇ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਿਲ, ਗੱਡੀਆਂ ਸਕਿੱਟ ਕਰਦੀਆਂ, ਬਹੁਤ ਮੁਸ਼ਕਿਲ ਹੁੰਦੀ ਹੈ। ਬਿਲਕੁਲ, ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੂਥਗੜ੍ਹ ਤੋਗਾ ਰੋਡ ਦੀ, ਜਿੱਥੇ ਕਿ ਇੱਕ ਫਲਾਈਓਵਰ ਬਣਨਾ ਹੈ, ਲੇਬਰ ਜਿਹੜੀ ਇੱਥੋਂ ਭੱਜ ਚੁੱਕੀ ਹੈ, ਕੋਈ ਕੰਮ ਕਾਰ ਨਹੀਂ ਲੱਗਿਆ ਹੋਇਆ, ਕੋਈ ਇੱਥੇ ਮਸ਼ੀਨ ਕੰਮ ਨਹੀਂ ਕਰ ਰਹੀ, ਪਰ ਲੋਕ ਪਰੇਸ਼ਾਨ ਜ਼ਰੂਰ ਹੋ ਰਹੇ ਨੇ। ਹੁਣ ਪ੍ਰਸ਼ਾਸਨ ਨੂੰ ਸਿੱਧੀ ਚੇਤਾਵਨੀ ਲੋਕਾਂ ਵੱਲੋਂ ਦਿੱਤੀ ਹੈ ਕਿ ਅਗਰ ਤੁਸੀਂ ਇਸ ਰੋਡ ਨੂੰ ਚਾਲੂ ਨਾ ਕੀਤਾ ਗਿਆ, ਇਸ ਰਾਸਤੇ ਨੂੰ ਚਾਲੂ ਨਾ ਕੀਤਾ ਗਿਆ, ਤਾਂ ਅਸੀਂ ਇੱਥੇ ਧਰਨਾ ਲਾਵਾਂਗੇ, ਇੱਥੇ ਪ੍ਰਦਰਸ਼ਨ ਕਰਾਂਗੇ, ਉਦੋਂ ਤੱਕ ਵੀ ਫਿਰ ਇਹ ਰੋਡ ਦਾ ਕੰਮ ਨਹੀਂ ਚੱਲਣ ਦੇਵਾਂਗੇ ਜਦੋਂ ਤੱਕ ਇਹ ਪ੍ਰੋਪਰ ਤਰੀਕੇ ਦੇ ਨਾਲ ਹੱਲ ਨਹੀਂ ਕੀਤਾ ਜਾਂਦਾ। ਤਾਂ ਇਸ ਖਬਰ ਨੂੰ ਵੱਧ ਤੋਂ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ, ਸਰਕਾਰ ਤੱਕ ਜੋ ਪਹੁੰਚਾ ਦਿਓ, ਜਿਹਦੇ ਕਿ ਉਹਨਾਂ ਨੂੰ ਕੁੰਭਕਰਨੀ ਨੀਂਦ ਖੁੱਲ ਸਕੇ, ਉਹਨਾਂ ਨੂੰ ਪਤਾ ਲੱਗ ਸਕੇ ਕਿੰਨੀ ਪਬਲਿਕ ਰੋਜ਼ਾਨਾ
ਪਰੇਸ਼ਾਨ ਹੋ ਰਹੀ ਹੈ।